ਕਹਿੰਦਾ ਟੇਕਿਆ ਪਾਲੇ ਨੂੰ ਮੱਥਾ ਤੇ ਲੱਗਿਆ ਗੁਰੂ ਨੂੰ ਧਿਆਉਣ। ਮਿੱਤਰੋ ਮਾਰੋ ਤਾੜੀ ਤੇ ਸ਼ੇਰ ਨੂੰ ਦਿਓ ਥਾਪੀ, ਬਾਜਾ ਖਾਨਾ ਚੱਲਿਆ ਕਬੱਡੀ ਪਾਉਣ। ਮਿੱਤਰੋ ਚੱਲਿਆ ਕਬੱਡੀ ਪਾਉਣ। ਮਿੱਤਰੋ ਤੁਸੀਂ ਦੇਖ ਰਹੇ ਹੋ ਜੀ ਪੰਜਾਬੀ ਟੇਸ਼ਨ ਤੇ ਮੈਂ ਆ ਯੋਗੇਸ਼ ਗੁਰਨਾ। ਕਬੱਡੀ ਜਗਤ ਦੇ ਸੁਲਤਾਨ ਹਰਜੀਤ ਬਰਾੜ ਨੂੰ ਜਨਾਬ ਕੌਣ ਨਹੀਂ ਜਾਣਦਾ, ਪਰ ਖੁਸ਼ਖਬਰੀ ਹੈ ਜੀ ਹੁਣ ਉਹਨਾਂ ਦੇ ਫੈਨਸ ਦੇ ਲਈ, ਉਹਨਾਂ ਦੇ ਲਈ ਵੀ ਖੁਸ਼ਖਬਰੀ ਆ ਤੇ ਖਾਸ ਤੌਰ ਤੇ ਕਬੱਡੀ ਨੂੰ ਪਿਆਰ ਕਰਨ ਵਾਲਿਆਂ ਦੇ ਲਈ ਵੀ ਖੁਸ਼ਖਬਰੀ ਆ। ਕਿਉਂਕਿ ਪੰਜਾਬੀ ਲੈਜੈਂਡ ਹਰਜੀਤ ਬਰਾੜ ਯਾਨੀ ਕਿ ਬਾਜਾ ਖਾਨਾ ਦੀ ਜ਼ਿੰਦਗੀ ਦੇ ਉੱਪਰ ਬਣਨ ਜਾ ਰਹੀ ਹੈ ਜੀ ਇੱਕ ਖੂਬਸੂਰਤ ਪੰਜਾਬੀ ਫਿਲਮ। ਹਾਂਜੀ, ਬੜੀ ਜਲਦੀ ਤੁਸੀਂ ਬਾਜੇ ਖਾਨੇ ਦੀ ਲਾਈਫ ਨੂੰ ਦੇਖੋਗੇ ਜੀ ਵੱਡੇ ਪਰਦੇ ਦੇ ਉੱਪਰ। ਫਿਲਮ ਲੈ ਕੇ ਆ ਰਹੇ ਨੇ ਜੀ ਬੈਨੀ ਧਾਲੀਵਾਲ ਅਤੇ ਦੀਨਾ ਸਾਹਿਬ ਪ੍ਰੋਡਕਸ਼ਨਜ਼ ਵੱਲੋਂ ਇਸ ਫਿਲਮ ਨੂੰ ਬਣਾਇਆ ਜਾਣਾ ਹੈ ਜੀ। ਬੈਨੀ ਧਾਲੀਵਾਲ ਜਿਹੜੇ ਕਿ ਖੁਦ ਵੀ ਬਹੁਤ ਵਧੀਆ ਸਿੰਗਰ ਨੇ ਜੀ, ਅਤੇ ਇਸ ਫਿਲਮ ਨੂੰ ਡਾਇਰੈਕਟ ਕਰਨਗੇ ਜੀ ਗੁਰਪ੍ਰੀਤ ਭੁੱਲਰ ਅਤੇ ਬੈਨੀ ਧਾਲੀਵਾਲ। ਸੋ ਬਹੁਤ ਖੁਸ਼ੀ ਦੀ ਗੱਲ ਹੈ ਜੀ ਕਿ ਕਬੱਡੀ ਜਗਤ ਦਾ ਚਮਕਦਾ ਹੋਇਆ ਸਿਤਾਰਾ ਜੋ ਕਿ ਅੱਜ ਭਾਵੇਂ ਸਾਡੇ ਵਿੱਚ ਨਹੀਂ ਹੈਗਾ, ਪਰ ਕਿਸੇ ਟਾਈਮ ਉਸਨੇ ਪੰਜਾਬ ਦੀ ਕਬੱਡੀ ਦੇ ਉੱਪਰ, ਵਰਲਡ ਦੀ ਕਬੱਡੀ ਦੇ ਉੱਪਰ ਰਾਜ ਕੀਤਾ ਹੈ ਜੀ। ਹਰਜੀਤ ਬਰਾੜ ਜਿਸਨੂੰ ਅਸੀਂ ਬਾਜੇ ਖਾਨੇ ਦੇ ਨਾਂ ਨਾਲ ਜਾਣਦੇ ਹਾਂ ਜੀ, ਬੜੀ ਜਲਦੀ ਉਹਨਾਂ ਦੀ ਜ਼ਿੰਦਗੀ ਦੇ ਉੱਪਰ, ਉਹਨਾਂ ਦੀ ਜੀਵਨੀ ਦੇ ਉੱਪਰ ਫਿਲਮ ਬਣਨ ਜਾ ਰਹੀ ਹੈ ਜੀ। ਫਿਲਮ ਦਾ ਨਾਂ ਹੈ ਬਾਜਾ ਖਾਨਾ। ਸੋ ਲਓ ਜੀ ਫਿਰ ਬੜੀ ਜਲਦੀ ਹੋਰ ਅਪਡੇਟਸ ਅਸੀਂ ਤੁਹਾਡੇ ਨਾਲ ਜੁੜੀ, ਬੜੀ ਜਲਦੀ ਇਸ ਫਿਲਮ ਦੇ ਨਾਲ ਜੁੜੀਆਂ ਹੋਈਆਂ ਕੁਝ ਹੋਰ ਅਪਡੇਟਸ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਜੀ ਪੰਜਾਬੀ ਟੇਸ਼ਨ ਦੇ ਉੱਪਰ। ਪਰ ਫਿਲਹਾਲ ਇੰਨਾ ਹੀ ਜੀ, ਇੰਨੀ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਕਿ ਬੜੀ ਜਲਦੀ ਫਿਲਮ ਬਣਨ ਜਾ ਰਹੀ ਹੈ ਜੀ ਬਾਜੇ ਖਾਨੇ ਯਾਨੀ ਕਿ ਹਰਜੀਤ ਬਰਾੜ ਦੀ ਲਾਈਫ ਦੇ ਉੱਪਰ, ਜਿਸਦਾ ਨਾਂ ਹੋਏਗਾ ਜੀ ਬਾਜਾ ਖਾਨਾ।